ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੋਂ ਬਾਅਦ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮ ਵੀ ਜਨਤਕ ਛੁੱਟੀ 'ਤੇ ਜਾਣ ਵਾਲੇ ਨੇ। ਦੱਸ ਦਈਏ ਕਿ ਸਾਰੇ ਮੁਲਾਜ਼ਮ 3 ਦਿਨ ਹੜਤਾਲ 'ਤੇ ਰਹਿਣਗੇ। ਜੁਆਇੰਟ ਫੋਰਮ ਪੰਜਾਬ ਬਿਜਲੀ ਮੁਲਾਜ਼ਮ ਏਕਤਾ ਫੋਰਮ ਅਤੇ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਨੇ ਸਰਕਾਰ 'ਤੇ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਇਲਜ਼ਾਮ ਲਾਏ ਨੇ। ਇਸ ਹੜਤਾਲ ਦੇ ਨਤੀਜੇ ਵਜੋਂ ਜੇਕਰ ਕਿਤੇ ਕੋਈ ਨੁਕਸਾਨ ਪੈ ਗਿਆ ਤਾਂ ਉਸਨੂੰ ਜਲਦੀ ਠੀਕ ਨਹੀਂ ਕੀਤਾ ਜਾਵੇਗਾ ਅਤੇ ਖਪਤਕਾਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦਈਏ ਕਿ 6 ਸਤੰਬਰ ਨੂੰ 3 ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ETO, ਬਿਜਲੀ ਸਕੱਤਰ ਪੰਜਾਬ ਅਤੇ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਸੀ। ਇਹ ਮੀਟਿੰਗ ਬੇਸਿੱਟਾ ਰਹੀ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਉਹਨਾਂ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਹੈ, ਬਸ ਗੱਲ ਹੀ ਕਰ ਰਹੀ ਹੈ। ਬਿਜਲੀ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਹਨਾਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ 30 ਸਤੰਬਰ ਤੱਕ ਵਰਕ ਟੂ ਵਰਕ ਨਿਯਮ ਲਾਗੂ ਰਹੇਗਾ। ਇਸ ਤੋਂ ਇਲਾਵਾ ਸਾਰੇ ਕਰਮਚਾਰੀ 3 ਦਿਨਾਂ ਦੀ ਸਮੂਹਿਕ ਛੁੱਟੀ ਲੈਣਗੇ ਤੇ ਕੰਮ ਨਹੀਂ ਕਰਨਗੇ। ਸਾਡੀਆਂ ਵੇਖੋ ਜੀ, ਮੇਨ ਸਾਡੀ ਮੰਗ ਆ ਵੀ ਇਸ ਅਦਾਰੇ ਦੇ ਵਿੱਚ 40,000 ਤੋਂ ਵੱਧ ਪੋਸਟਾਂ ਖਾਲੀ ਨੇ ਤੇ ਉਹ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਤੇ ਕਿਉਂਕਿ ਇਹ ਪੋਸਟਾਂ ਜਿਹੜੀਆਂ 40,000 ਖਾਲੀ, ਉਹਨਾਂ ਦਾ ਕੰਮ ਜਿਹੜਾ ਰੈਗੂਲਰ ਮੁਲਾਜ਼ਮ ਨੂੰ ਜਿਹੜੇ ਮੌਜੂਦਾ ਉਹਨਾਂ ਨੂੰ ਕਰਨਾ ਪੈਂਦਾ ਤੇ ਬਹੁਤ ਦਿੱਕਤ ਆ। ਉਹ 8 ਘੰਟੇ ਤੋਂ ਵੱਧ ਕੇ 12-12, 14-14 ਘੰਟੇ ਡਿਊਟੀ ਕਰਦੇ ਆ। ਉਹਦੇ ਤੋਂ ਅੱਗੇ ਸਾਡੀ ਮੰਗ ਆ ਕਿ ਜਿਹੜੇ ਸਾਡੇ ਕਰਮਚਾਰੀ, ਚਾਹੇ ਉਹ ਕੱਚੇ ਆ ਤੇ ਚਾਹੇ ਉਹ ਰੈਗੂਲਰ ਆ, ਉਹ ਲਾਈਨਾਂ ਤੇ ਕੰਮ ਕਰਦਿਆਂ, ਰਿਪੇਅਰ ਕਰਦਿਆਂ ਉਹ ਆਪਣੀਆਂ ਜਾਨਾਂ ਦੇ ਰਹੇ ਨੇ ਬਹੁਤ ਵੱਡੀ ਗਿਣਤੀ 'ਚ। ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਸੁਰੱਖਿਆ ਫੋਰਸਾਂ ਦੇ ਜਵਾਨਾਂ ਦੀ ਤਰਜ਼ 'ਤੇ 1 ਕਰੋੜ ਰੁਪਇਆ ਮੁਆਵਜ਼ਾ ਰਾਸ਼ੀ ਦਿੱਤੀ ਜਾਵੇ ਅਤੇ ਸ਼ਹੀਦਾਂ ਦਰਜਾ ਦਿੱਤਾ ਜਾਵੇ। ਤੀਜੀ ਮੰਗ ਆ ਸਾਡੀ ਕਿ ਜਿਹੜੇ ਸਾਡੇ ਗ੍ਰਿਡ ਸਟਾਫ ਆ ਬਿਜਲੀ ਘਰਾਂ ਦਾ, ਉਹਦੇ ਨਾਲ ਜ਼ਿਆਦਤੀ ਹੋਈ ਆ, ਉਹਨਾਂ ਨੂੰ ਪੇ ਬੈਂਡ ਨਹੀਂ ਮਿਲਿਆ OC ਨੂੰ, RTM ਨੂੰ। ਇਹਦੇ ਤੋਂ ਇਲਾਵਾ RTM ਜਿਹੜੇ ਉਹ 13-13, 14-14 ਸਾਲ ਤੋਂ ਇੱਕੋ ਪੋਸਟ 'ਤੇ ਬੈਠੇ ਨੇ, ਉਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਜਾਣ ਤੇ ਜਿਹਨੂੰ ਪੇਮੈਂਟ ਨਹੀਂ ਮਿਲਿਆ ਉਹਨੂੰ ਪੇਮੈਂਟ ਜਿਹੜਾ ਉਹ ਦਿੱਤਾ ਜਾਵੇ।